मोगा तो वड्डी खबर है। सिविल हस्पताल एक बार मुड़ तो सुर्खियां विच है। इस बार सवाल एक औरत अते उसके नवजम्मे बच्चे नूं लैके आ। दरअसल हस्पताल विच गर्भवती औरत नूं लैके परिवार पहुंचा तो डॉक्टर ने जानकारी दित्ती कि बच्चे की गर्भ के अंदर ही मौत हो चुकी है। महिला वालों डॉक्टर नूं ऑपरेशन करन नूं कहा पर डॉक्टर ने ऑपरेशन रात तक टाल दिता, जिस तों बाद तड़के सवेरे औरत की भी जान चली गई। परिवार ने इंसाफ की गुहार लगाई है। हस्पताल प्रबंधन से वड्डे इल्जाम लगाए ने। ਉਹਨੇ ਕੁਛ ਨਹੀਂ ਸੁਣਿਆ ਸਾਡੀ ਗੱਲ। ਇਹ ਕਹਿੰਦੇ 10 ਵਜੇ ਡਿਲੀਵਰੀ ਕਰਾਂਗੇ ਪੂਰੇ। ਅਸੀਂ ਕਿਹਾ ਵੀ ਚੱਲ ਕੋਈ ਨਹੀਂ, ਸਾਨੂੰ ਇਹਦੀ ਲੋੜ ਹੈ ਬੱਚੇ ਦੀ, ਚੱਲ ਕੋਈ ਨਹੀਂ ਪੂਰਾ ਆਉਣਾ ਹੋ ਗਿਆ ਜੀ। ਪਰ ਇਹਨਾਂ ਨੇ ਮੁੜ ਕੇ ਕਹਿੰਦੇ ਵੀ ਚੱਲ ਕੋਈ 10 ਵਜੇ ਕਰਾਂਗੇ। ਫਿਰ ਇਹ ਕਹਿੰਦੇ ਚੱਲ 3-4 ਵਜੇ ਵੇਖ ਲਾਂਗੇ ਜੇ ਹੋਊਗੀ ਤਾਂ ਡਿਲੀਵਰੀ ਕਰ ਦਾਂਗੇ। ਫਿਰ ਇਹਦੇ ਬਾਅਦ ਬਾਈ ਢਿੱਲੀ ਹੋ ਗਈ, ਇਹਦੇ ਬਾਅਦ ਤਾਂ ਪੂਰੀ ਹੋ ਗਈ। ਸਕੈਨ ਕਰਵਾ ਕੇ ਕਹਿੰਦੇ ਅਸੀਂ ਕਿਹਾ ਜੀ ਸਾਡੇ ਬੱਚੇ ਕੁੜੀ ਦਾ ਆਪਰੇਸ਼ਨ ਕਰ ਦਿਓ ਕਿ ਸਾਡੀ ਜਿਹੜਾ ਗੱਲ ਹੋਣੀ ਸੀ ਬੱਚੇ ਦੇ ਬੱਚਾ ਨੂੰ ਸਕੈਨਿਆ ਗਿਆ ਤਾਂ ਕੋਈ ਗੱਲ ਨਹੀਂ। ਉਹ ਕਹਿੰਦੇ ਵੀ ਅਸੀਂ 10 ਹੀ ਵੇਹਨੇ ਆ, ਜੇ ਤਾਂ ਆਪਰੇਸ਼ਨ ਹੋ ਗਿਆ ਉਹ ਦੂਜਾ ਨਾਰਮਲ ਕੇਸ ਹੋ ਗਿਆ ਤਾਂ ਕਰ ਦਿਆਂਗੇ। ਨਹੀਂ ਉਹ ਕਹਿੰਦੇ 11 ਵਜੇ ਇਹਦਾ ਕੇਸ ਹੋਊਗਾ, ਰਾਤ ਨੂੰ 11 ਵਜੇ। ਹਾਂਜੀ ਰਾਤ ਦੇ 11 ਵਜੇ ਉਹਨਾਂ ਨੇ ਕਿਹਾ ਸੀ ਜੀ। ਮੇਰੀ ਧੀ ਮੇਰੀਆਂ ਮਿਹਨਤਾਂ ਕਰਦੀ ਰਹਿ ਗਈ, ਮੰਮੀ ਮੇਰਾ ਆਪਰੇਸ਼ਨ ਵੱਡਾ ਕਰਾ ਦਿਓ। ਮੈਂ ਨਰਸਾਂ ਦੀਆਂ ਪੈਰੀ ਹੱਥ ਲਾਉਂਦੀ ਰਹਿ ਗਈ, ਮੇਰੀ ਧੀ ਮੱਕ ਗਈ। ਪੇਸ਼ੈਂਟ ਸਾਡੇ ਕੋਲ ਸਵੇਰ ਆਈ ਆ 8 ਵਜੇ, ਠੀਕ ਹੈ। पेशेंट का असी जो चैक किया, सानू बच्चे की धड़कन नहीं मिली। असी स्कैन कराई, उहदे विच लिखा होया कि बच्चा अंदर ऑलरेडी मर चुकिया। जो असी रिश्तेदारां नू सब समझाया होया तो उन्होंने साइन दिते हुए। हुण इहदा पिछला बच्चा नॉर्मल सी, तो एक मरे बच्चे लिए ऑपरेशन करना कोई सही गल नहीं हुंदी, इसलिए इहनू दर्दां वधा के ही नॉर्मल डिलीवरी करवा रहे सी। पेशेंट शाम नू करीबन 3:30 बजे इत्थे बैड ते कलैप्स हो गई है ते उहदी सडन मौत हो गई है। नवदीप साढ़े पत्रकार साढ़े नाल जुड़ चुके हैं, इस खबर से जानकारी देंगे। नवदीप की कह रहे हैं डॉक्टर, एक औरत जो तो हस्पताल में आती है तो परिवार गुहार लगा कि औरत का सजेरियन ऑपरेशन किया जाए, पर डॉक्टर की कह रहे हैं? ਬਿਲਕੁਲ ਕ੍ਰਿਸ਼ਨ, ਅੱਜ ਸਵੇਰੇ ਜਿਹੜਾ ਇਸ ਗਰਭਵਤੀ ਔਰਤ ਨੂੰ ਲਿਆਂਦਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਬਲੱਡ ਪ੍ਰੈਸ਼ਰ ਲੋ ਹੋਣ ਦੇ ਕਾਰਨ ਜਦੋਂ ਸੀਟੀ ਸਕੈਨ ਲਈ ਕਿਹਾ ਗਿਆ ਤਾਂ ਜਿਹੜਾ ਬੱਚਾ ਸੀਗਾ ਉਹਦੀ ਮੌਤ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਪਰਿਵਾਰ ਕਹਿ ਰਿਹਾ ਸੀਗਾ ਕਿ ਜਿਹੜਾ ਮਰਿਆ ਬੱਚਾ ਉਸਨੂੰ ਆਪਰੇਸ਼ਨ ਕਰਕੇ ਬਾਹਰ ਕੱਢਿਆ ਜਾਵੇ, ਕਿਉਂਕਿ ਉਹਨਾਂ ਦੀ ਜਿਹੜੀ ਲੜਕੀ ਸੀਗੀ ਗਰਭਵਤੀ ਔਰਤ ਸੀ ਉਸਦੀ ਹਾਲਤ ਜਿਹੜੀ ਹੈ ਵਿਗੜਦੀ ਜਾ ਰਹੀ ਸੀਗੀ ਤੇ ਪਰਿਵਾਰ ਵਾਲਿਆਂ ਨੇ ਆਰੋਪ ਲਾਇਆ ਕਿ ਡਾਕਟਰਸ ਤੇ ਜਿਹੜੀ ਨਰਸ ਸੀਗੀ ਉਸਤੇ ਉਹਨਾਂ ਨੇ ਕਿਹਾ ਕਿ ਜਿਹੜਾ ਆਪਰੇਸ਼ਨ ਹੈ ਰਾਤ ਨੂੰ 10 ਵਜੇ ਹੋਊਗਾ ਤੇ ਉਸ ਤੋਂ ਪਹਿਲਾਂ 3:30-4 ਵਜੇ ਦੇ ਕਰੀਬ ਜਿਹੜੀ ਅੱਜ ਉਸਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ। ਪਰ ਦੂਸਰੇ ਪਾਸੇ ਡਾਕਟਰਸ ਨੇ ਸਾਫ਼ ਤੌਰ ਤੇ ਇਹ ਸਾਰੇ ਜਿਹੜੇ ਆਰੋਪ ਲੱਗ ਰਹੇ ਆ ਉਹਨਾਂ ਤੋਂ ਨਕਾਰਿਆ ਤੇ ਕਿਹਾ ਕਿ ਜਿਹੜਾ ਕਿ ਇਸ ਸਬੰਧ ਵਿੱਚ ਜਿਹੜੇ ਪਰਿਵਾਰ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਦੱਸ ਦਿੱਤਾ ਗਿਆ ਸੀਗਾ ਕਿ ਇਸ ਤਰ੍ਹਾਂ ਮੌਤ ਹੋ ਗਈ ਹੈ ਤੇ ਜਿਹੜਾ ਪਹਿਲਾ ਬੱਚਾ ਸੀਗਾ ਉਹਨਾਂ ਦਾ ਉਹ ਵੀ ਨਾਰਮਲ ਡਿਲੀਵਰੀ ਨਾਲ ਹੋਇਆ ਸੀਗਾ ਤੇ ਜਿਹੜੀ ਇਸ ਤਰ੍ਹਾਂ ਦਾ ਆਪਰੇਸ਼ਨ ਕਰਨਾ ਮੁਨਾਸਬ ਨਹੀਂ ਹੋਊਗਾ, ਇਸ ਕਰਕੇ ਜਿਹੜਾ ਉਸ ਨੂੰ ਜਿਹੜੀਆਂ ਲੇਬਰ ਪੇਨਸ ਜਿਹੜੀਆਂ ਦਿੱਤੀ ਜਾ ਰਹੀਆਂ ਸੀਗੀਆਂ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਹੈ 3:30-4 ਵਜੇ ਦੇ ਕਰੀਬ ਜਿਹੜੀ ਹੈ ਉਸਦੀ ਮੌਤ ਹੋ ਗਈ। ਠੀਕ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ ਨਵਦੀਪ ਜਾਣਕਾਰੀ ਦੇਣ ਦੇ ਲਈ। ਇਸੇ ਖਬਰ ਤੇ ਤੁਸੀਂ ਨਜ਼ਰ ਬਣਾ ਕੇ ਰੱਖਿਓ, ਅਸੀਂ ਫਿਰ ਮੁੜ ਜੁੜਾਂਗੇ ਕਿਸੇ ਹੋਰ ਖਬਰ ਨਾਲ। ਪਰ ਇੱਕ ਵਾਰ ਮੁੜ ਤੋਂ ਸਵਾਲਾਂ 'ਚ, ਸਿਵਲ ਹਸਪਤਾਲ ਦਾ ਪ੍ਰਸ਼ਾਸਨ ਘਿਰ ਚੁੱਕਿਆ ਹੈ।